ਦੋਸਤੋ 15 11 ਜਿਹੜੀਆਂ 6 7 ਸੀਟਰ ਦੇ ਵਿੱਚ ਵਿਗਦੀਆਂ ਨੇ ਇੰਡੀਆ ਦੇ ਵਿੱਚ ਇਸ ਟਾਈਮ ਦੌਰ ਚੱਲ ਰਿਹਾ ਜੀ 6 7 ਸੀਟਰ ਦਾ ਬਹੁਤ ਵੱਡੀ ਮਾਤਰਾ ਚ ਵਿਗਦੀਆਂ ਪਹਿਲਾਂ ਜ਼ਿਆਦਾਤਰ ਇਹ ਗੱਡੀਆਂ ਉਹੀ ਖਰੀਦੇ ਸੀ ਜਿਨ੍ਹਾਂ ਨੇ ਕਿਤੇ ਕਮਰਸ਼ੀਅਲ ਯੂਜ਼ ਕਰਨੀਆਂ ਹੁਣ ਜਾਂ ਕਿਤੇ ਬਹੁਤੇ ਵੱਡੇ ਟੱਬਰ ਹੋਣ ਹੁਣ ਇਸ ਟਾਈਮ ਆਮ ਲੋਕ ਵੀ ਜਿਨ੍ਹਾਂ ਨੇ ਦੋ ਜਣਿਆਂ ਨੇ ਜਾਣਾ ਉਹ ਵੀ 6 7 ਸੀਟਰ ਨੂੰ ਪਸੰਦ ਕਰਦੇ ਆ ਕਿਉਂਕਿ ਵੱਡੀ ਖੁੱਲੀ ਡੁੱਲੀ ਕਾਰ ਹੁੰਦੀ ਹੈ ਸਫਰ ਕਰਨਾ ਸੌਖਾ ਹੋ ਜਾਂਦਾ ਸੋ ਇਹ ਸਾਰੀ ਮਿਕਸ ਸੈਗਮੈਂਟ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ 6 7 ਸੀਟਰ ਦੇ ਵਿੱਚ ਇਹ ਚ ਇੱਕ ਦੋ ਹੈਗੀਆਂ ਐਮ ਪੀਵੀ ਵੀ ਨੇ ਪਰ ਉਹ ਸੈਗਮੈਂਟ ਫਿਰ ਐਸਯੂਵੀ ਦਾ ਆ ਜਾਂਦਾ ਸੋ ਸਾਰੀਆਂ ਇਸੇ ਲਿਸਟ ਦੇ ਵਿੱਚ ਸ਼ਾਮਲ ਨੇ ਸੋ 15ਵੇਂ ਨੰਬਰ ਤੇ ਜੀ ਸੀ3 ਏਅਰਕ੍ਰੋਸ ਸਿਟਰਨ ਦੀ ਸੀ3 ਏਅਰਕ੍ਰੋਸ ਜਿਹੜੀਆਂ ਸਿਰਫ 211 ਗੱਡੀਆਂ ਸੇਲ ਹੋਈਆਂ 11 ਲੱਖ 90 ਹਜ਼ਾਰ ਤੋਂ ਲੈ ਕੇ 13 ਲੱਖ 85 ਹਜ਼ਾਰ ਰੁਪਏ ਤੱਕ ਐਕਸ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 14ਵੇਂ ਨੰਬਰ ਤੇ ਜੀ ਰੋਮਿਓਨ ਟੋਇਟਾ ਰੋਮਿਓਨ ਮਰੂਤੀ ਚ ਜਾਂਦੇ ਹੋ ਤਾਂ ਆਰਟੀਗਾ ਦੇ ਨਾਮ ਤੇ ਸਿਰਫ 688 ਗੱਡੀਆਂ ਸੇਲ ਹੋਈਆਂ ਤੇ ਹੁਣੇ-ਹੁਣ ਇਹਦਾ ਰੇਟ ਵੀ ਵਧਿਆ ਤੇ 10 ਲੱਖ 44000 ਤੋਂ ਲੈ ਕੇ 13 ਲੱਖ 73000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਰੋਮਿਓਨ ਪੈਟਰੋਲ ਔਰ ਸੀਐਨਜੀ ਦੇ ਵਿੱਚ ਤੁਹਾਨੂੰ ਮਿਲ ਜੂਗੀ 13ਵੇਂ ਨੰਬਰ ਤੇ ਜੀ ਅਲਕਜ਼ਾਰ ਹੁੰਡਾਈ ਅਲਕਜ਼ਾਰ ਜਿਹੜੀ ਪੈਟਰੋਲ ਡੀਜ਼ਲ ਦੇ ਵਿੱਚ ਮੈਨੂਅਲ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਸਿਰਫ 1420 ਗੱਡੀਆਂ ਸੇਲ ਹੋਈਆਂ 16 ਲੱਖ 70000 ਤੋਂ ਲੈ ਕੇ 21 ਲੱਖ 28000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 12ਵੇਂ ਨੰਬਰ ਤੇ MG ਹੈਕਟਰ ਔਰ ਹੈਕਟਰ ਪਲੱਸ ਦੋਨਿਆਂ ਦੀ ਸੇਲ ਮਲਾ ਕੇ 1887 ਗੱਡੀਆਂ ਸੇਲ ਹੋਈਆਂ 17 ਲੱਖ ਤੋਂ ਲੈ ਕੇ 22 ਲੱਖ 80 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 11ਵੇਂ ਨੰਬਰ ਤੇ ਜੀ সাফਾਰੀ ਟਾਟਾ ਦੀ সাফਾਰੀ ਜਿਹੜੀਆਂ 2063 ਗੱਡੀਆਂ ਕੁੱਲ ਸੇਲ ਹੋਈਆਂ ਨੇ 16 ਲੱਖ 90 ਹਜ਼ਾਰ ਤੋਂ ਲੈ ਕੇ 23 ਲੱਖ 34 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ সাফਾਰੀ ਮਿਲ ਜਾਂਦੀ ਹੈ সাফਾਰੀ ਸਿਰਫ ਡੀਜ਼ਲ ਦੇ ਵਿੱਚ ਮਿਲੂਗੀ ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ ਦੇ ਨਾਲ 10ਵੇਂ ਨੰਬਰ ਤੇ ਜੀ ਟ੍ਰਾਈਵਰ ਰੈਨੋ ਦੀ ਟ੍ਰਾਈਵਰ ਬਹੁਤ ਸਸਤੀ ਕਾਰ ਆ ਤੇ ਬਹੁਤ ਵਧੀਆ ਵਾ 2247 ਗੱਡੀਆਂ ਕੁੱਲ ਸੇਲ ਹੋਈਆਂ ਸਿਰਫ 6 ਲੱਖ ਤੋਂ ਲੈ ਕੇ ਸਭ ਤੋਂ ਸਸਤੀ ਸੈਲਸੇਟਰ ਕਾਰ ਹੋਊਗੀ ਜਿਹੜੀ 6 ਲੱਖ ਤੋਂ ਲੈ ਕੇ 898000 ਤੱਕ ਐਕਸ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 9ਵੇਂ ਨੰਬਰ ਤੇ ਜੀ ਟੋਇਟਾ ਫੋਰਚਨਰ 3621 ਗੱਡੀਆਂ ਕੁੱਲ ਸੇਲ ਹੋਈਆਂ 33430000 ਤੋਂ ਲੈ ਕੇ 51440000 ਤੱਕ ਐਕਸ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 8ਵੇਂ ਨੰਬਰ ਤੇ ਜੀ ਮਰੂਤੀ ਸਿਮਕੀ ਦੀ XL6 4505 ਗੱਡੀਆਂ ਕੁੱਲ ਸੇਲ ਹੋਈਆਂ 11 ਲੱਖ 61000 ਤੋਂ ਲੈ ਕੇ 14 ਲੱਖ 77000 ਰੁਪਏ ਤੱਕ ਮਿਲ ਜਾਂਦੀ ਹੈ ਪੈਟਰੋਲ ਔਰ ਸੀਐਨਜੀ ਦੇ ਵਿੱਚ ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ ਦੇ ਨਾਲ 7ਵੇਂ ਨੰਬਰ ਤੇ ਜੀ Kia Carens 4737 ਗੱਡੀਆਂ ਕੁੱਲ ਸੇਲ ਹੋਈਆਂ 10 ਲੱਖ 53000 ਤੋਂ ਲੈ ਕੇ 19 ਲੱਖ 67000 ਰੁਪਏ ਤੱਕ ਐਕਸ਼ਨ ਰੂਮ ਪ੍ਰਾਈਸ ਮਿਲ ਜਾਂਦੀ ਹੈ 6ਵੇਂ ਨੰਬਰ ਤੇ ਜੀ XUV700 6611 ਗੱਡੀਆਂ ਕੁੱਲ ਸੇਲ ਹੋਈਆਂ 18 ਲੱਖ ਤੋਂ ਲੈ ਕੇ 27 ਲੱਖ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 5ਵੇਂ ਨੰਬਰ ਤੇ ਜੀ ਇਨੋਵਾ ਕ੍ਰਿਸਟਾ ਇਨੋਵਾ ਹਾਈ ਕ੍ਰੋਸ ਦੋਨਾਂ ਦੇ ਸੇਲ ਮਲਾ ਕੇ 9900 ਗੱਡੀਆਂ ਕੁੱਲ ਸੇਲ ਹੋਈਆਂ 20 ਲੱਖ ਤੋਂ ਲੈ ਕੇ 26.30 ਲੱਖ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਹਾਈ ਕ੍ਰੋਸ ਲੈਂਦੇ ਹੋ ਤੇ 19.70 ਲੱਖ ਤੋਂ ਲੈ ਕੇ 31 ਲੱਖ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਹਾਲਾਂਕਿ ਇਨਵਿਕਟੋ ਜਿਹੜੀ ਆ ਉਹਦੀ ਸੇਲ ਬਿਲਕੁਲ ਵੀ ਨਹੀਂ ਹੋ ਰਹੀ ਤੇ ਇਹ ਤਕਰੀਬਨ 10000 ਗੱਡੀਆਂ ਇੱਕ ਮਹੀਨੇ ਦੇ ਵਿੱਚ ਸੇਲ ਹੋਈਆਂ ਆਲ ਇੰਡੀਆ ਦੇ ਵਿੱਚ ਚੌਥੇ ਨੰਬਰ ਤੇ ਜੀ ਬਲੈਰੋ ਬਲੈਰੋ ਨਿਓ ਦੋਨਾਂ ਦੀ ਸੇਮ ਲਾ ਕੇ 10347 ਗੱਡੀਆਂ ਸੇਲ ਹੋਈਆਂ 9 ਲੱਖ 90 ਹਜ਼ਾਰ ਤੋਂ ਲੈ ਕੇ 10 ਲੱਖ 91 ਹਜ਼ਾਰ ਤੱਕ ਐਕਸਲੂਸਿਵ ਪ੍ਰਾਈਜ਼ ਮਿਲ ਜਾਂਦੀ ਹੈ ਨਿਓ ਲੈਂਦੇ ਹੋ 9 ਲੱਖ 90 ਹਜ਼ਾਰ ਤੋਂ ਲੈ ਕੇ 12 ਲੱਖ 16 ਹਜ਼ਾਰ ਤੋ ਐਕਸਲੂਸਿਵ ਪ੍ਰਾਈਜ਼ ਮਿਲ ਜਾਂਦੀ ਹੈ ਤੀਸਰੇ ਨੰਬਰ ਤੇ ਜੀ ਮਰਤੀ ਸ਼ੋਕੀ ਦੀ ਇਕੋ 12000 ਤੇ 19 ਗੱਡੀਆਂ ਸੇਲ ਹੋਈਆਂ ਕਮਰਸ਼ੀਅਲ ਦੇ ਵਿੱਚ ਹੀ ਵਿਕਦੀ ਆ 5 ਲੱਖ 66 ਹਜ਼ਾਰ ਰੁਪਏ ਦੇ ਵਿੱਚ ਮਿਲ ਜਾਂਦਾ ਇਹਦਾ 6 7 ਐਡੀਸ਼ਨ ਦੂਸਰੇ ਨੰਬਰ ਤੇ ਜੀ ਆ ਆਰਟਿਕਾ ਦੀ ਸੇਲ ਬਹੁਤ ਵਧੀਆ ਰਹੀ ਹੈ ਪਰ ਆਰਟਿਕਾ ਦੂਜੇ ਨੰਬਰ ਤੇ ਆ ਗਈ ਹੈ ਇਹਨੂੰ ਵੀ ਟੱਕਰ ਦੇਣ ਵਾਸਤੇ ਇੱਕ ਗੱਡੀ ਆ ਗਈ ਹੈ ਲਾਸਟ ਦੇ ਦੱਸਦੇ ਹਾਂ 14888 ਗੱਡੀਆਂ ਕੁੱਲ ਸੇਲ ਨੂੰ ਜਾਂ ਆਲ ਇੰਡੀਆ ਦੇ ਵਿੱਚ ਮਾਰਚ 2024 ਦੇ ਵਿੱਚ 8 ਲੱਖ 70 ਹਜ਼ਾਰ ਤੋਂ ਲੈ ਕੇ 13 ਲੱਖ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਆਰਟਿਕਾ ਪੈਟਰੋਲ ਸੀਐਨਜੀ ਦੇ ਵਿੱਚ ਮਿਲਦੀ ਹੈ ਪਹਿਲੇ ਨੰਬਰ ਤੇ ਜੀ ਸਕੋਰਪੀਓ ਕਲਾਸਿਕ ਸਕੋਰਪੀਓ ਐਨ ਦੋਨਾਂ ਦੀ ਸੇਲ ਲਾ ਕੇ 15151 ਗੱਡੀਆਂ ਬਹੁਤ ਤਗੜੀ ਸੇਲ ਹੋਈ ਆ ਸਕੋਰਪੀਓ ਦੀ ਆਰਟੀਗਨੋਮੀ ਪਿੱਛੇ ਛੱਡਦਾ ਸਾਰੀਆਂ ਗੱਡੀਆਂ ਨੂੰ ਪਿੱਛੇ ਛੱਡਦਾ 13 ਲੱਖ 60 ਹਜ਼ਾਰ ਤੋਂ ਲੈ ਕੇ 24 ਲੱਖ 54 ਹਜ਼ਾਰ ਰੁਪਏ ਤੱਕ ਪ੍ਰੋ ਵੇਰੀਐਂਟ ਐਨ ਦਾ ਮਿਲ ਜਾਂਦਾ ਸੋ ਦੋਸਤੋ ਸਕੋਰਪੀਓ ਐਨ ਦੀ ਜਿਹੜੀ ਤਰੱਕੀ ਆ ਇਹ ਇੰਨੀ ਹੋ ਰਹੀ ਹੈ ਕਿ ਇੰਨੀ ਇੱਕ ਛੋਟੀ ਕਾਰ ਵੀ ਨਹੀਂ ਵਿਕਦੀ ਜਿੰਨੀ ਸਕੋਰਪੀਓ ਐਨ ਦੀ ਸੇਲ ਆ ਤੇ પેટ્રોલ ਡੀਜ਼ਲ ਆਟੋਮੈਟਿਕ ਮੈਨੂਅਲ ਹਰੇਕ ਟਰਾਂਸਮਿਸ਼ਨ ਦੇ ਨਾਲ ਮਿਲ ਜਾਂਦੀ ਹੈ ਸੋ ਦੋਸਤੋ ਸਕੋਰਪੀਓ ਐਨ ਤੇ ਆਪਾਂ ਇੱਕ ਹੋਰ ਕੰਪਲੀਟ ਵੀਡੀਓ ਬਣਾਉਣ ਜਾ ਰਹੇ ਹਾਂ ਜਿਦੇ ਚ ਤੁਹਾਨੂੰ ਇਹ ਕਲੀਅਰ ਹੋ ਜਾਊਗਾ ਕਿ ਤੁਹਾਡੇ ਲਈ ਸਕੋਰਪੀਓ ਐਨ ਦਾ ਕਿਹੜਾ ਵੇਰੀਐਂਟ ਜਿਹੜਾ ਅੱਜ ਦੇ ਡੇਟ 'ਚ ਵਧੀਆ ਰਹੂਗਾ ਕਿਉਂਕਿ ਇਹਨਾਂ ਨੇ ਇੱਕ ਦੋ ਵੇਰੀਐਂਟ ਜਿਹੜੇ ਆ ਨਵੇਂ ਐਡ ਕੀਤੇ ਸੋ ਦੋਸਤੋ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਧੰਨਵਾਦ